indiantimesdaily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੇ 10 ਮੁੱਖ ਖਬਰਾਂ ਹਨ। ਅਗਲੇ ਸਾਲ G7 ਸੰਮੇਲਨ ਵਿੱਚ ਲਿਬਰਲ ਸਰਕਾਰ ਜੈਂਡਰ ਇਕੁਆਲਿਟੀ ਦਾ ਮੁੱਦਾ ਚੁੱਕਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਦੇ ਉਦੇਸ਼ ਤੋਂ ਕੁਝ ਕਦਮ ਚੁੱਕੇਗੇ ਅਤੇ ਨਾਲ ਹੀ ਜੌਬ ਮਾਰਕੀਟ ਵਿੱਚ ਬਦਲਾਵ ਦੇ ਮੱਦੇਨਜ਼ਰ ਕਈ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਕਿਵੇਂ ਵਧੇ ਇਹ ਵੀ ਕੋਸ਼ਿਸ਼ ਰਹੇਗੀ। PM ਜਸਟਿਨ ਟਰੂਡੋ ਨੇ ਆਗਾਹ ਕੀਤਾ ਹੈ ਕਿ ਦੁਨੀਆ ਵਪਾਰ ਦੇ ਮਾਮਲੇ ਵਿੱਚ ਇੱਕ ਚੌਰਾਹੇ ਉੱਤੇ ਖੜੀ ਹੈ। ਟਰੰਪ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਦੇਸ਼ ਇੱਕ ਕੇਂਦਰ ਬਿੰਦੂ ਤੇ ਖੜੇ ਹਨ ਅਤੇ ਅਗਰ ਉਹਨਾਂ ਨੇ ਫ੍ਰੀ ਟ੍ਰੇਡ ਨੂੰ ਨਹੀਂ ਅਪਣਾਇਆ ਅਤੇ ਵੈਸ਼ਵੀਕਰਨ ਦੀ ਵਜ੍ਹਾ ਤੋਂ ਪਿੱਛੇ ਰਹਿ ਗਏ ਆਪਣੇ ਨਾਗਰਿਕਾਂ ਨੂੰ ਉੱਤੇ ਨਹੀਂ ਚੁੱਕਿਆ ਤਾਂ ਉਹ ਸਫਲ ਰਹਿਣਗੇ। ਟਰੰਪ ਪ੍ਰਸ਼ਾਸਨ ਦੁਆਰਾ ਜੈਰੂਸਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਵਿੱਚ ਮਾਨਤਾ ਦੇਣ ਦੀ ਪਹਿਲ ਦੇ ਮੱਦੇਨਜ਼ਰ ਮਿਡਲ ਈਸਟ ਵਿੱਚ ਮੌਜੂਦ ਕੈਨੇਡੀਅਨਸ ਨੂੰ ਸਾਵਧਾਨੀ ਵਰਤਣ ਨੂੰ ਕਿਹਾ ਗਿਆ ਹੈ। ਲਿਬਰਲ ਸਰਕਾਰ ਨੇ ਕਿਹਾ ਹੈ ਕਿ ਕੈਨੇਡੀਅਨ ਐਮਬੈਸੀ ਟੈਲ ਏਵਿਵ ਵਿੱਚ ਹੀ ਰਹਿਣ ਵਾਲੀ ਹੈ ਅਤੇ ਜੈਰੂਸਲਮ ਉੱਤੇ ਉਹਨਾਂ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਵੇਗਾ। ਕੈਨੇਡਾ ਦੀ ਪੁਰਾਣੀ ਹੋ ਚੁੱਕੇ CF-18 ਬੇੜੇ ਨੂੰ ਨਵੇਂ ਲੜਾਕੂ ਵਿਮਾਨਾਂ ਨਾਲ ਬਦਲਣ ਦੀ ਸੰਭਾਵਿਤ ਤਾਰੀਖ ਨੂੰ ਕੈਨੇਡਾ ਸਰਕਾਰ ਥੋੜਾ ਵਿਲੰਬ ਕਰਨ ਜਾ ਰਹੀ ਹੈ। ਰਕਸ਼ਾ ਅਧਿਕਾਰੀ ਨੂੰ ਉਮੀਦ ਨਹੀਂ ਹੈ ਕਿ ਨਵੇਂ ਵਿਮਾਨਾਂ ਦਾ ਪਹਿਲਾ ਜੱਥਾ ਅਗਲੇ 8 ਸਾਲਾਂ ਤੋਂ ਪਹਿਲਾਂ ਆ ਸਕਦਾ ਹੈ, ਜਿਸ ਦਾ ਮਤਲਬ ਹੋਵੇਗਾ ਉਹਨਾਂ ਨੂੰ 2026 ਤੋਂ ਬੇੜੇ ਵਿੱਚ ਸ਼ਾਮਿਲ ਕਰਨਾ ਮੁਸ਼ਕਿਲ ਹੋਵੇਗਾ। ਓਨਟੇਰੀਓ ਦੀ ਕੈਪ ਐਂਡ ਟ੍ਰੇਡ ਆਕਸ਼ਨਸ ਤੋਂ ਪਹਿਲੇ ਸਾਲ ਕਰੀਬ $2 ਮਿਲੀਅਨ ਜਮ੍ਹਾਂ ਹੋਏ ਹਨ ਅਤੇ ਅਗਲੇ ਸਾਲ ਤੋਂ ਕਬੈਕ ਅਤੇ ਕੈਲੀਫੋਰਨੀਆ ਦੇ ਨਾਲ ਜੁਆਇੰਟ ਮਾਰਕੀਟ ਵਿੱਚ ਪ੍ਰਵੇਸ਼ ਕਰੇਗਾ। ਇਹ ਨਤੀਜਾ ਬਹੁਤ ਸਕਾਰਾਤਮਕ ਹੈ ਕਿਉਂਕਿ ਓਨਟੇਰੀਓ ਵਿੱਚ ਕੈਪ ਐਂਡ ਟ੍ਰੇਡ ਦੇ ਭਵਿਸ਼ਯ ਉੱਤੇ ਅਨਿਸ਼ਚਿਤਤਾ ਬਣੀ ਹੋਈ ਹੈ। ਫਿਸ਼ਰਜ਼ ਮਿਨਿਸਟਰ ਡੋਮਿਨਿਕ ਲੀਬਲਾਂਕ ਨੂੰ ਲਿਊਕੇਮੀਆ ਹੋਇਆ ਹੈ। ਲੀਬਲਾਂਕ ਦਾ ਇਲਾਜ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ ਅਤੇ ਸਪ੍ਰਿੰਗ ਤੱਕ ਚੱਲੇਗਾ ਅਤੇ ਉਹਨਾਂ ਦੇ ਕੋਲ ਇਲਾਜ ਦੇ ਲਈ ਸਕੇਡੂਲ ਬਣਾਉਣ ਦੀ ਬਹੁਤ ਸੁਵਿਧਾ ਹੈ, ਜਿਸ ਤੋਂ ਉਹਨਾਂ ਦੇ ਕੰਮ ਉੱਤੇ ਜ਼ਿਆਦਾ ਅਸਰ ਨਹੀਂ ਪਵੇਗਾ। ਬੈਂਕ ਆਫ ਕੈਨੇਡਾ ਹੁਣ ਤੱਕ ਆਪਣੇ ਟ੍ਰੈਂਡ ਸੈਟਿੰਗ ਇੰਟਰਸਟ ਰੇਟ ਵਿੱਚ ਹੀ ਅਟਕਿਆ ਹੋਇਆ ਹੈ ਪਰ ਉਸਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਿੱਚ ਛੇਤੀ ਬੜੋਤਰੀ ਹੋਣ ਵਾਲੀ ਹੈ। ਸੈਂਟਰਲ ਬੈਂਕ ਨੇ ਹਾਲ ਦੇ ਕਈ ਸਕਾਰਾਤਮਕ ਪਹਿਲੂਆਂ ਦੇ ਵੱਲ ਇਸ਼ਾਰਾ ਕੀਤਾ ਹੈ, ਜਿਸ ਦੀ ਵਜ੍ਹਾ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਰੇਟਸ ਵਧਾਏ ਜਾ ਸਕਦੇ ਹਨ। ਬ੍ਰਿਟਿਸ਼ ਕੋਲੰਬੀਆ UN ਦੁਆਰਾ ਮਹਿਲਾਵਾਂ ਦੇ ਅਧਿਕਾਰਾਂ ਦੇ ਲਈ ਨਿਰਧਾਰਿਤ ਲਕਸ਼ ਤੋਂ ਬਹੁਤ ਪਿੱਛੇ ਛੁੱਟ ਰਿਹਾ ਹੈ। ਇਸ ਲਕਸ਼ ਵਿੱਚ ਮਹਿਲਾਵਾਂ ਦੇ ਖਿਲਾਫ਼ ਨਿਆਏ, ਸਸਤੇ ਘਰ ਅਤੇ ਚਾਇਲਡ ਕੇਅਰ ਵਰਗੇ ਕਾਫ਼ੀ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਖਤਮ ਕਰਨਾ ਵੀ ਸ਼ਾਮਲ ਹੈ। ਕੈਨੇਡੀਅਨਸ ਨੇ ਮੌਂਟਰੀਅਲ ਨਰਸਹਾਰ ਦੇ 28ਵੇਂ ਸਾਲਗਿਰਾ ਦੇ ਮੌਕੇ ਉੱਤੇ ਉਹਨਾਂ 14 ਮਹਿਲਾਵਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੂੰ ਇੱਕ ਹਮਲਾਵਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। PM ਜਸਟਿਨ ਟਰੂਡੋ ਨੇ ਚੀਨ ਵਿੱਚ ਆਪਣੀ ਯਾਤਰਾ ਦੇ ਦੌਰਾਨ ਵੀ ਉਹਨਾਂ ਨੂੰ ਯਾਦ ਕੀਤਾ ਹੈ ਅਤੇ ਗਿਓਂਗਜ਼ੋ ਦੇ ਕੈਨੇਡੀਅਨ ਕੌਂਸਲੇਟ ਵਿੱਚ ਕੈਂਡਲ ਲਾਈਟ ਸੈਰੇਮਨੀ ਵਿੱਚ ਹਿੱਸਾ ਲਿੱਤਾ। ਆਪਣੇ ਮੁੱਖ ਕਮਿਊਨੀਕੇਸ਼ਨ ਵਪਾਰਾਂ ਦੇ ਲਈ ਪੈਸੇ ਉਗਾਹੀ ਕਰਨ ਦੇ ਲਈ ਰੋਜਰਸ ਕਮਿਊਨੀਕੇਸ਼ਨਸ ਆਪਣੀ ਕੁਝ ਸੰਪਤੀ ਵੇਚ ਰਹੇ ਹਨ, ਜਿਸ ਵਿੱਚ ਟੋਰਾਂਟੋ ਬਲੂ ਜੇਸ ਸ਼ਾਮਿਲ ਹਨ। ਫਿਲਹਾਲ ਕੰਪਨੀ 2018 ਦੇ ਆਪਣੇ ਬਜਟਿੰਗ ਪਰਚੇਸ ਦੇ ਦੌਰ ਵਿੱਚ ਹੈ ਅਤੇ ਉਹਨਾਂ ਦਾ ਪੂਰਾ ਧਿਆਨ ਰੈਵਨਿਊ ਦੀ ਬੜੋਤਰੀ ਵਿੱਚ ਹੈ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਦੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਕੈਨੇਡੀਅਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ।